ਜੀ ਸਤਿ ਸ਼੍ਰੀ ਅਕਾਲ ਦੋਸਤੋ, ਹੁਣੇ ਹੁਣੇ ਇੱਥੇ ਪਾਣੀ ਨੇ ਮਚਾਈ ਤਬਾਹੀ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਂਦੇ, ਵੀਡੀਓ ਨੂੰ ਅੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ। ਬ੍ਰਾਜ਼ੀਲ ਦੇ ਦੱਖਣੀ ਸੂਬੇ ਰਿਓ ਗਾਂਡੋ ਡੋ ਸੁਲ ਦੇ ਵਿੱਚ ਇਸ ਹਫ਼ਤੇ ਭਾਰੀ ਮੀਂਹ ਕਾਰਨ ਤਬਾਹੀ ਮਚਾਈ ਹੈ, ਜਿਸ ਕਾਰਨ ਘੱਟੋ ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਸ਼ਾਮ ਨੂੰ ਕਿਹਾ ਕਿ ਜਦਕਿ ਦਰਜਨਾਂ ਲੋਕ ਅਣਪਛਾਤੇ ਨੇ। ਰਿਓ ਗਰਾਂਡੋ ਡੋ ਸੁਲ ਦੀ ਸਿਵਲ ਡਿਫੈਂਸ ਅਥਾਰਟੀ ਨੇ ਕਿਹਾ ਹੈ ਕਿ 74 ਲੋਕ ਅਜੇ ਵੀ ਲਾਪਤਾ ਨੇ ਅਤੇ 59,000 ਲੋਕ ਬੇਘਰ ਨੇ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਤੂਫਾਨ ਨੇ ਰਾਜ ਦੇ 497 ਸ਼ਹਿਰਾਂ ਦੇ ਵਿੱਚ ਲਗਭਗ 2/3 ਨੂੰ ਪ੍ਰਭਾਵਿਤ ਕੀਤਾ, ਜੋ ਉਰੋਗਵੇ ਅਤੇ ਅਰਜਨਟੀਨਾ ਦੀ ਸਰਹੰਦ ਦੇ ਨਾਲ ਲੱਗਦੇ ਨੇ। ਸਥਾਨਕ ਅਥਾਰਟੀ ਨੇ ਕਿਹਾ ਹੈ ਕਿ ਉਹ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਹੋਰ 7 ਮੌਤਾਂ ਤੂਫਾਨ ਨਾਲ ਸੰਬੰਧਿਤ ਨੇ। ਦਿਨ ਦੀ ਸ਼ੁਰੂਆਤ ਦੇ ਵਿੱਚ ਇਸ ਦਿਨ ਕੁੱਲ 55 ਤੋਂ ਵੱਧ ਮੌਤਾਂ ਦੀ ਰਿਪੋਰਟ ਕੀਤੀ ਗਈ ਸੀ। ਰਾਜ ਦੇ ਕਈ ਖੇਤਰਾਂ ਦੇ ਵਿੱਚ ਹੜ੍ਹ ਆਉਣ ਕਾਰਨ ਸੜਕ 'ਤੇ ਪੁਲ ਢਹਿ ਗਏ ਨੇ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ